देखो जी, गल ये है जी, पंजाब सरकार ने गलत फैसला लिया सीगा। जिवें आपां कहिंदे आ वी जे सवेर दा भुल्लिया होया शाम नूं घरे मुड़िया वे उहनूं भुल्लिया नहीं कहा जा सकदा। सरकार ने गलत फैसले करके जिहड़ा पंचायतां नूं भंग कीता सी, उस नूं चैलेंज करन वास्ते सारियां पंचायतां ने मानयोग पंजाब हरियाणा हाई कोर्ट दा असीं दरवाजा खड़काया, जिहदे उत्तों सानूं पूर्ण उम्मीद सी कि सानूं न्याय मिलेगा। उस उम्मीद के सदका ही कल सानू मानयोग पंजाब हरियाणा हाई कोर्ट के जिहड़ी पंजाब सरकार ने नोटिफिकेशन किया सीगा वो वापस ले लिया, जिहदे नाल पूरे पंजाब दीआं समुच्चीआं पंचायतां दी जित होई है जी। ਪੰਚਾਇਤਾਂ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਜਿਹੜੇ ਬਲਾਕ ਸਮਿਤੀਆਂ ਦੀ ਬਹਾਲ ਹੋਈਆਂ ਨੇ? ਬਿਲਕੁਲ ਜੀ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦਾ ਵੀ ਸਮਾਂ ਅਜੇ ਰਹਿੰਦਾ ਸੀਗਾ, ਉਹਨਾਂ ਨੂੰ ਵੀ ਪਹਿਲਾਂ ਭੰਗ ਕਰ ਦਿੱਤਾ ਗਿਆ ਸੀ। ਇਹ ਪੰਚਾਇਤਾਂ ਦੇ ਫੈਸਲੇ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਦੇ ਜਿਹੜੇ ਅਹੁਦੇਦਾਰ ਨੇ ਉਹ ਵੀ ਮਤਲਬ ਬਹਾਲ ਹੋ ਗਏ। ਜਿਵੇਂ ਪ੍ਰਬੰਧਕ ਲਗਾ ਦਿੱਤੇ ਗਏ ਸੀਗੇ ਕਿ ਆਉਣ ਵਾਲੇ ਦਿਨਾਂ ਦੇ ਕੰਮ ਪਹਿਲਾਂ ਦੀ ਤਰ੍ਹਾਂ ਪੰਚਾਇਤਾਂ ਵੱਲੋਂ ਕਰਵਾਏ ਜਾਣ? ਬਿਲਕੁਲ ਜੀ, ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਰਕਾਰ ਦੇ ਵਕੀਲ ਨੇ ਕਿਹਾ ਵੀ ਅਸੀਂ 2 ਦਿਨਾਂ ਦੇ ਵਿੱਚ ਜਿਹੜੇ ਵੀ ਪ੍ਰਬੰਧਕ ਲਾਏ ਨੇ ਉਹਨਾਂ ਨੂੰ ਹਟਾ ਦਿੱਤੇ ਜਾਣਗੇ, ਜਿਹੜੇ ਪੰਚਾਇਤਾਂ ਦੇ ਖਾਤੇ ਬੰਦ ਕੀਤੇ ਸੀਗੇ ਉਹ ਵੀ ਖੋਲ੍ਹ ਦਿੱਤੇ ਜਾਣਗੇ। ਹੁਣ ਰੂਟੀਨ ਦੇ ਵਿੱਚ ਜਿਵੇਂ ਪਹਿਲਾਂ ਪੰਚਾਇਤਾਂ ਦੇ ਕੰਮ ਚੱਲਦੇ ਸੀ ਉਵੇਂ ਹੀ ਕੰਮ ਚੱਲਣਗੇ ਜੀ। ਇੱਕ ਜਦੋਂ ਪੰਚਾਇਤਾਂ ਭੰਗ ਕੀਤੀਆਂ ਸੀ ਜਿਹੜਾ ਵਿੱਤੀ ਦੇਣ ਲੈਣ ਤੇ ਜਿਹੜਾ ਰੋਕ ਲਗਾ ਦਿੱਤੀ ਗਈ ਸੀ ਖਾਤਿਆਂ ਦੇ ਪੰਚਾਇਤਾਂ ਦੇ, ਕੱਲ੍ਹ ਵੀ ਇੱਕ ਪੱਤਰ ਸਰਕਾਰ ਵੱਲੋਂ ਜਾਰੀ ਹੁੰਦਾ ਜਿੱਥੇ ਕਿਹਾ ਜਾਂਦਾ ਵੀ ਜਿਹੜੇ ਤਨਖਾਹਾਂ ਦੇਣ ਦੀ ਛੋਟ ਹੈ ਵਿੱਤੀ ਜਿਹੜੇ ਦੇਣ ਲੈਣਾ ਚਾਹੇ ਪੰਚਾਇਤਾਂ ਚਾਹੇ ਬਲਾਕ ਸਮਿਤੀ ਜ਼ਿਲ੍ਹਾ ਪ੍ਰੀਸ਼ਦ ਦੇ ਜਿਹੜੇ ਖਾਤੇ ਆ ਉਹਨਾਂ 'ਤੇ ਰੋਕ ਹੈ ਜਿਹੜੀ ਬਰਕਰਾਰ ਰਹੂਗੀ, ਕੱਲ੍ਹ ਵੀ ਇੱਕ ਪੱਤਰ ਜਾਰੀ ਹੁੰਦਾ। ਦੇਖੋ ਜੀ, ਜਿਹੜੀ ਇਸ ਫੈਸਲੇ ਦੇ ਉੱਤੇ ਸੁਣਵਾਈ 11 ਵਜੇ ਹੋ ਗਈ ਸੀਗੀ, ਉਸ ਤੋਂ ਬਾਅਦ 2 ਵਜੇ ਦੁਬਾਰਾ ਫਿਰ ਅਸੀਂ ਇਸ ਮਸਲੇ ਨੂੰ ਲੈ ਕੇ ਮਾਨਯੋਗ ਜੱਜ ਸਾਹਿਬ ਲਵੇ ਗਏ ਵੀ ਇਹ ਜਿਹੜਾ ਲੈਟਰ ਨਿਕਲਿਆ ਬਾਅਦ ਦੇ ਵਿੱਚ ਇਹ ਕੀ ਚੀਜ਼ ਹੈ। ਉਹ ਕਹਿਣ ਲੱਗੇ ਵੀ ਜਦੋਂ 23 ਅਗਸਤ ਦਾ ਜਿਹੜਾ ਨੋਟੀਫਿਕੇਸ਼ਨ ਭੰਗ ਹੋ ਗਿਆ, ਉਸ ਤੋਂ ਬਾਅਦ ਜੇ ਪੰਚਾਇਤਾਂ ਦੇ ਸੰਬੰਧ ਦੇ ਵਿੱਚ ਕੋਈ ਵੀ ਕੋਈ ਲੈਟਰ ਆਉਂਦਾ ਤਾਂ ਉਹ ਜਿਹੜਾ ਹੈਗਾ ਨਹੀਂ ਮੰਨਿਆ ਜਾਊਗਾ, ਨਾ ਮੰਨਣ ਯੋਗ ਹੋਊਗਾ, ਅਤੇ ਪੰਚਾਇਤਾਂ ਦੇ ਕੰਮ ਨੇ ਜਿਹੜੇ ਪਹਿਲਾਂ ਦੀ ਤਰ੍ਹਾਂ ਚੱਲੇ ਜਾਣਗੇ। ਅੱਜ ਤੁਹਾਡਾ ਜਿਵੇਂ ਕਹਿ ਲਈਏ ਨਿੱਜੀ ਹਲਕਾ ਹੀ ਕਹਿ ਲਈਏ, ਤੁਹਾਡਾ ਆਪਣਾ ਇਲਾਕਾ ਹੈਗਾ, ਪੰਚਾਇਤਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸਰਪੰਚ ਪਹੁੰਚਿਆ ਗਿਆ, ਮਾਣ ਸਨਮਾਨ ਤੁਹਾਡਾ ਜਿਹੜਾ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕੀਤਾ ਗਿਆ, ਢੋਲ ਢਮੱਕੇ ਨਾਲ, ਕਿਵੇਂ ਦਾ ਲੱਗਦਾ? ਦੇਖੋ ਜੀ, ਮੈਂ ਇਹਨਾਂ ਸਾਰੇ ਸਰਪੰਚਾਂ ਦੇ ਚਰਨਾਂ ਦੀ ਧੂੜ ਹਾਂ, ਇਹਨਾਂ ਦੇ ਪਿਆਰ ਸਦਕਾ, ਇਹਨਾਂ ਦੀ ਮਿਹਨਤ ਸਦਕਾ, ਇਹਨਾਂ ਦੇ ਸਾਥ ਸਦਕਾ ਹੀ ਜਿਹੜੀ ਇਹ ਲੜਾਈ ਹੈ ਉਹ ਜਿੱਤ ਸਕਿਆ, ਕਿਉਂਕਿ ਇਕੱਲਾ ਬੰਦਾ ਕਦੇ ਵੀ ਕੋਈ ਲੜਾਈ ਨਹੀਂ ਜਿੱਤ ਸਕਦਾ। ਜਦੋਂ ਭਰਾਵਾਂ ਦਾ ਸਾਥ ਹੋਵੇ, ਜਦੋਂ 4 ਭਾਈ ਤੁਹਾਡੇ ਨਾਲ ਖੜ੍ਹੇ ਹੋਣ, ਤਾਂ ਜਿਹੜੀ ਜਿੱਤ ਹੈ ਉਹ ਯਕੀਨਨ ਹੁੰਦੀ ਹੈ। ਮੈਂ ਸਦਾ ਇਸ ਹਲਕੇ ਦੇ ਸਾਰੇ ਸਰਪੰਚਾਂ ਦਾ ਰਿੜੀ ਰਹੂੰਗਾ, ਜਿਨ੍ਹਾਂ ਨੇ ਮੇਰੇ 'ਤੇ ਐਡਾ ਮਾਣ ਕਰਿਆ ਅਤੇ ਮੈਨੂੰ ਇਸ ਯੋਗ ਸਮਝਿਆ ਕਿ ਪੰਜਾਬ ਦਾ ਪਹਿਲਾਂ ਬਲਾਕ ਦਾ ਪ੍ਰਧਾਨ, ਫਿਰ ਜ਼ਿਲ੍ਹੇ ਦਾ ਪ੍ਰਧਾਨ, ਫਿਰ ਪੰਜਾਬ ਦਾ ਪ੍ਰਧਾਨ ਨਿਯੁਕਤ ਕਰਨ ਦੇ ਵਿੱਚ ਮੇਰੇ ਇਸ ਲਹਿਰੇ ਗਾਗੇ ਹਲਕੇ ਦੇ ਸਰਪੰਚਾਂ ਦਾ ਜਿੱਡਾ ਮੈਂ ਕਹਿ ਸਕਦਾ ਵੀ ਐਡਾ ਯੋਗਦਾਨ ਹੈ, ਮੈਂ ਇਹਨਾਂ ਦਾ ਜਿਹੜਾ ਦੇਣਾ ਕਦੇ ਨਹੀਂ ਦੇ ਸਕਦਾ, ਕਦੇ ਨਹੀਂ ਭੁੱਲ ਸਕਦਾ, ਕਿਉਂਕਿ ਭਰਾਵਾਂ ਨਾਲ ਹੀ ਜਿਹੜਾ ਮਸਲੇ ਹੱਲ ਹੁੰਦੇ ਹੈ। ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਪੈਂਡਿੰਗ ਪਈਆਂ ਨੇ, ਜੇ ਤੁਹਾਡੇ ਮਾਣ ਭੱਤਾ ਜਿਹੜਾ ਰੁਕਿਆ ਪਿਆ ਬਹੁਤ ਸਮੇਂ ਲੰਬੇ ਤੋਂ, ਬਹੁਤ ਮੰਗਾਂ ਨੇ ਕਿ ਉਹਨਾਂ ਨੂੰ ਲੈ ਕੇ ਵੀ ਸਰਕਾਰਾਂ ਨੇ ਅਜੇ ਤੱਕ ਸੁਣਵਾਈ ਨਹੀਂ ਕੀਤੀ, ਧਰਨੇ ਮੁਜ਼ਾਹਰੇ ਕੀਤੇ, ਉਹਨਾਂ ਨੂੰ ਲੈ ਕੇ ਵੀ ਹਾਈ ਕੋਰਟ ਦਾ ਜਾਂ ਰੁਖ ਕੀਤਾ ਜਾਊਗਾ? ਬਿਲਕੁਲ ਜੀ, ਮੈਂ ਕੱਲ੍ਹ ਵੀ ਇਹ ਗੱਲ ਕਹੀ ਸੀ ਵੀ ਸਿਰਫ ਸਾਡੀ ਲੜਾਈ 4 ਮਹੀਨੇ ਦੀ ਸਰਪੰਚੀ ਲੈਣ ਦੀ ਨਹੀਂ ਹੈਗੀ, ਅਸੀਂ ਜਿਹੜੀ ਸੰਵਿਧਾਨ ਦੀ 73ਵੀਂ ਸੋਧ ਹੈ ਉਹਨੂੰ ਲਾਗੂ ਕਰਵਾਵਾਂਗੇ। ਜਿਵੇਂ ਪੰਚਾਇਤਾਂ ਦੇ ਸਰਪੰਚਾਂ ਦੇ ਮਾਣ ਭੱਤੇ ਰੁਕੇ ਹੋਏ ਨੇ, ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ 22 ਤਰੀਕ ਨੂੰ ਪਹਿਲਾਂ ਹੀ ਮਾਨਯੋਗ ਹਾਈ ਕੋਰਟ ਨੇ ਫੈਸਲਾ ਕਰ ਦਿੱਤਾ ਕਿ ਜਿਹੜੇ ਸਰਪੰਚਾਂ ਲਵੇ ਪਿੰਡਾਂ ਦੀ ਪੰਚਾਇਤਾਂ ਤੋਂ ਆਮਦਨ ਹੁੰਦੀ ਹੈ, ਉਹ ਜਿਹੜੀ ਆਪਦੇ ਮਾਣ ਭੱਤੇ ਦੀ ਰਕਮ ਹੈ ਉਹ ਕਢਵਾ ਸਕਦੇ ਨੇ। ਜਿਹੜੇ ਬਾਕੀ ਦੇ ਪਿੰਡ ਰਹਿ ਗਏ ਉਹਨਾਂ ਦੀਆਂ ਅਸੀਂ ਲਿਸਟਾਂ ਤਿਆਰ ਕਰਕੇ ਸਰਕਾਰ ਲਵੇ ਭੇਜਾਂਗੇ ਵੀ ਬਾਕੀ ਦਿਆਂ ਨੂੰ ਵੀ ਮਾਣ ਭੱਤਾ ਦਿੱਤਾ ਜਾਵੇ, ਅਤੇ ਜਿਹੜੀ ਸਰਪੰਚਾਂ ਦੀ ਲੜਾਈ ਹੈ ਉਹ ਇਸੇ ਤਰ੍ਹਾਂ ਚੱਲਦੀ ਰਹੂਗੀ। ਅਤੇ ਮੈਂ ਆਸ ਰੱਖਦਾ ਕਿ ਜਿਵੇਂ ਐਤਕੀ ਸਾਰੇ ਸਰਪੰਚਾਂ ਨੇ ਪੰਚਾਇਤ ਯੂਨੀਅਨ ਦਾ ਸਾਥ ਦਿੱਤਾ ਹੈ ਆਪਣੀਆਂ ਮੰਗਾਂ ਵਾਸਤੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਉਹ ਸਾਥ ਹਮੇਸ਼ਾ ਦਿੰਦੇ ਰਹਿਣਗੇ। ਅਤੇ ਇੱਕ ਮੈਂ ਨਾਲ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਸਰਕਾਰ ਨੂੰ ਕਿ ਜਿਵੇਂ ਇਹ ਫੈਸਲਾ ਹੋਣ ਉਪਰੰਤ ਸਰਕਾਰ ਨੇ 2 ਜਿਹੜੇ ਮਤਲਬ ਅਧਿਕਾਰੀ ਨੇ ਪੰਚਾਇਤਾਂ ਦੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ। ਮੈਂ ਸਮਝਦਾ ਵੀ ਇਕੱਲੇ 2 ਅਫਸਰ ਨੇ ਜਿਹੜੇ ਉਹ ਪੰਚਾਇਤਾਂ ਨਾਲ ਐਡਾ ਕੰਮ ਨਹੀਂ ਕਰ ਸਕਦੇ, ਇਹ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੀ ਹੋਇਆ ਸੀ, ਉਹਦੀ ਚਿੱਠੀ ਵੀ ਆ ਗਈ ਹੈ, ਇਹ ਜਾਣ ਬੁੱਝ ਕੇ ਉਹਨਾਂ ਅਫਸਰਾਂ 'ਤੇ ਜਿਹੜਾ ਨਜ਼ਲਾ ਝਾੜਿਆ ਗਿਆ, ਅਤੇ ਉਹਨਾਂ ਦਾ ਕੋਈ ਐਡਾ ਮੈਨੂੰ ਕਸੂਰ ਨਹੀਂ ਲੱਗਦਾ, ਕਿਉਂਕਿ ਜੇ ਸਰਕਾਰ ਕਹੂਗੀ ਤਾਂ ਅਫਸਰ ਥੱਲੇ ਉਹ ਕੰਮ ਕਰਨਗੇ। ਉਹ ਨਹੀਂ ਕਰਨਾ ਚਾਹੀਦਾ, ਆਪਦੀ ਗਲਤੀ ਆਪ ਮੰਨਣੀ ਚਾਹੀਦੀ ਹੈ, ਨਾ ਕਿ ਕਿਸੇ ਦੇ ਹੋਰ 'ਤੇ ਡਿੱਗਣੀ ਚਾਹੀਦੀ ਹੈ। ਅਤੇ ਇੰਨੇ ਕੁਝ ਮੈਂ ਦੇਖੋ ਜੀ, ਪੰਜਾਬ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ, ਲੁਕਾਉਣਾ ਚਾਹੀਦਾ, ਖੇਡਾਂ ਕਿਉਂ ਖੇਡਦੀ ਹੈ ਸਰਕਾਰ? ਦੇਖੋ, ਮੈਂ ਕੱਲ੍ਹ ਵੀ ਇਹ ਗੱਲ ਕਹੀ ਸੀ ਕਿ ਮਾਨ ਸਾਹਿਬ ਤੁਹਾਡੇ 'ਤੇ ਬੜੀਆਂ ਉਮੀਦਾਂ ਸੀ ਲੋਕਾਂ ਨੂੰ, ਤੁਹਾਨੂੰ 92 ਵਿਧਾਇਕ ਦਿੱਤੇ ਨੇ ਪੰਜਾਬ ਨੇ, ਤੁਸੀਂ ਮਾੜਾ ਜਿਹਾ ਜਿਹੜਾ ਫੈਸਲਾ ਲੈਣਾ ਹੁੰਦਾ ਸੋਚ ਸਮਝ ਕੇ ਲਿਆ ਕਰੋ, ਕਿਉਂਕਿ ਉਮਰ ਨਾਲੋਂ ਤਜਰਬਾ ਵੱਡਾ ਹੁੰਦਾ ਹੈ, ਤਜਰਬੇ 'ਚੋਂ ਗੱਲਾਂ ਨਿਕਲ ਕੇ ਆਉਂਦੀਆਂ ਨੇ। ਜੇ ਆਪਾਂ ਅੱਜ ਕੋਈ ਫੈਸਲਾ ਕਰ ਲਿਆ ਕੱਲ੍ਹ ਨੂੰ ਵਾਪਸ ਲੈਣਾ ਪੈ ਗਿਆ, ਉਹ ਸਰਕਾਰ ਵਾਸਤੇ ਵੀ ਠੀਕ ਨਹੀਂ ਹੁੰਦਾ, ਉਹ ਜਨਤਾ ਵਾਸਤੇ ਵੀ ਠੀਕ ਨਹੀਂ ਹੁੰਦਾ। ਵੀ ਜਿਹੜਾ ਵੀ ਕੋਈ ਫੈਸਲਾ ਲੈਣਾ ਕੋਈ ਚੰਗੇ ਤਰੀਕੇ ਨਾਲ, ਜੋ ਲੋਕ ਹਿੱਤ ਦੇ ਵਿੱਚ ਫੈਸਲਾ ਹੋਵੇ ਉਹ ਫੈਸਲੇ ਲਓ, ਕਿਉਂਕਿ ਤੁਹਾਡੇ 'ਤੇ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਸੀ, ਰਵਾਇਤੀ ਪਾਰਟੀਆਂ ਨੂੰ ਛੱਡ ਕੇ ਲੋਕਾਂ ਨੇ ਤੁਹਾਨੂੰ ਚੁਣਿਆ ਸੀਗਾ। ਥੈਂਕ ਯੂ। ਰਮੇਸ਼ ਸਿੰਘ ਹੈਨਰੀ, ਮੈਂਬਰ PCC। ਤੁਹਾਡੇ ਸਮੇਂ ਦੇ ਵਿੱਚ ਚੁਣੀਆਂ ਗਈਆਂ ਸੀ ਪੰਚਾਇਤਾਂ,
ਜਿਹੜੀਆਂ ਭੰਗ ਕਰ ਦਿੱਤੀਆਂ ਗਈਆਂ ਸੀ 10 ਅਗਸਤ ਨੂੰ ਮੁੜ ਬਹਾਲ ਹੋਈਆਂ ਨੇ ਹਾਈ ਕੋਰਟ ਦੇ ਦਖਲ ਤੋਂ ਬਾਅਦ ਕਿਵੇਂ ਲੱਗਦਾ? ਸਭ ਤੋਂ ਪਹਿਲਾਂ ਤਾਂ ਅੱਜ ਬੜਾ ਖੁਸ਼ੀ ਦਾ ਦਿਨ ਹੈ। ਜਦੋਂ ਤਾਂ ਇਹ ਇਹਨਾਂ ਨੇ ਕਾਲਾ ਫਰਮਾਨ ਜਾਰੀ ਕੀਤਾ ਸੀਗਾ ਭਗਵੰਤ ਮਾਨ ਦੀ ਆਪ ਸਰਕਾਰ ਨੇ, ਔਰ ਇਹ ਕਹਿੰਦੇ ਸੀ ਵੀ ਅਸੀਂ ਆਮ ਦੀ ਸਰਕਾਰ ਹਾਂਗੇ, ਆਮ ਬੰਦੇ ਦੀ ਸਰਕਾਰ ਹਾਂਗਾ, ਇਹ ਪਤਾ ਲੱਗ ਗਿਆ ਸੀ ਕਿ ਕਿਸ ਤਰ੍ਹਾਂ, ਕਿਉਂਕਿ ਇੱਕ ਸਰਪੰਚ ਇੱਕ ਉਹ ਪੌੜੀ ਹੈ ਜਿਹੜੀ ਥੱਲੋਂ ਤੋਂ ਲੈ ਕੇ ਚੱਲਦੀ ਹੈ, ਸਭ ਤੋਂ ਪਹਿਲੀ ਰਾਜਨੀਤੀ ਦੀ ਮੁੱਢਲੀ ਪੌੜੀ ਹੈਗੀ ਜਿਹੜੀ, ਖਾਸ ਕਰ ਜਿੰਨੇ ਆ ਸਰਪੰਚ ਖੜ੍ਹੇ ਨੇ ਗੇ ਆਲੇ ਦੁਆਲੇ ਖੜ੍ਹੇ ਨੇ। ਮੈਂ ਸਭ ਦਾ ਪਹਿਲਾਂ ਭਾਵੇਂ ਸਾਡੀ ਸਰਕਾਰ ਸੀਗੀ, ਇਹਨਾਂ ਨੇ ਤਨ ਤੇ ਹੀ ਨਾ ਇੰਨਾ ਕੰਮ ਕਰਿਆ, ਪੈਸਾ ਆਪਦੀਆਂ ਜੇਬਾਂ 'ਚੋਂ ਲਾ ਕੇ 15-15, 20-20 ਲੱਖ ਰੁਪਏ ਆਪਦੀਆਂ ਜੇਬਾਂ 'ਚੋਂ ਲਾ ਕੇ ਉਹ ਕੀਤਾ ਗਿਆ। ਹਜੇ ਤਾਂ ਉਹਨਾਂ ਕੋਲ ਜਿਹੜਾ ਹਜੇ ਸਾਰੇ ਬਿੱਲ ਸੀਗੇ, ਕੰਮ ਕਰਨ ਦਾ ਟਾਈਮ ਸੀਗਾ 5 ਮਹੀਨੇ। ਇਹ ਤਾਂ ਪਹਿਲੀ ਵਾਰੀ ਸਰਕਾਰ ਇਸ ਤਰ੍ਹਾਂ ਦਾ ਫਰਮਾਨ ਕੀਤਾ ਕਿ ਸਰਕਾਰ ਕੋਈ ਵਾਰਡਬੰਦੀ ਨਹੀਂ, ਕੋਈ ਵਿਉਂਤ ਨਹੀਂ, ਕੋਈ ਬੰਦਾ ਨਹੀਂ ਹੈਗਾ, ਕੋਈ ਗੱਲਬਾਤ ਨਹੀਂ ਹੈਗੀ, ਕੋਈ ਇਲੈਕਸ਼ਨ ਕਰਵਾਉਣੀ ਉਹਦਾ ਕੀ ਵਿਧੀ ਵਿਧਾਨ ਹੈਗਾ, ਕੁਛ ਵੀ ਨਹੀਂ ਸੀ। ਅਤੇ ਇਹਨਾਂ ਨੇ ਚੱਕ ਕੇ ਜਿਹੜਾ ਉਹ ਕਰ ਦਿੱਤਾ, ਫਰਮਾਨ ਜਾਰੀ ਕਰ ਦਿੱਤਾ, ਉਹਦੇ ਉੱਤੇ ਇਹ ਪਤਾ ਸੀ ਚਪੇੜ ਪੈਣੀ ਸੀ। ਔਰ ਮੈਂ ਸਭ ਤੋਂ ਵੱਡਾ ਜਿਹੜਾ ਧੰਨਵਾਦ ਕਰਨਾ ਚਾਹੁੰਦਾਗਾ ਸਾਡੀ ਜਿਹੜੀ ਸਰਪੰਚਾਂ ਦੀ ਯੂਨਿਟੀ ਹੈ, ਔਰ ਖਾਸ ਕਰ ਜਿਹੜਾ ਸਾਡੇ ਸਰਪੰਚਾਂ ਦਾ ਜਿਹੜਾ ਸਾਡੇ ਹਲਕੇ ਤੋਂ ਸਾਡਾ ਭਰਾ ਆ ਛੋਟਾ ਰਵਿੰਦਰ ਰਿੰਕੂ ਜੀ, ਜਿਹੜੇ ਕਿ ਆਪ ਜਾਣਦੇ ਨੇ ਉਹਨਾਂ ਦੀ ਧਰਮ ਪਤਨੀ ਸਰਪੰਚ ਹੈਗੇ, ਆ ਬਲੋਕ ਸੰਮਤੀ ਦੇ ਵਾਈਸ ਚੇਅਰਮੈਨ ਨੇ, ਕਿ ਕਿਸ ਤਰ੍ਹਾਂ ਲੜਾਈ ਲੜੀ ਜਾਂਦੇ। ਉਸ ਤੋਂ ਬਾਅਦ ਸਾਡਾ ਜਿਹੜਾ ਪ੍ਰਧਾਨ ਹੈ ਰਾਜਾ ਬੜਿੰਗ, ਉਹਨਾਂ ਨੇ ਡਾਇਰੈਕਟਰ ਦੇ ਦਫ਼ਤਰ ਅੱਗੇ ਜਿਹੜਾ ਹੈਗਾ ਸੀ ਧਰਨਾ ਦਿੱਤਾ, ਔਰ ਸਰਕਾਰ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਬੇਖੁਦਰੀਆਂ ਗੱਲਾਂ ਨੇਗੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ, ਜਦੋਂ ਤੁਹਾਡੀ ਟਰਮ ਹੈ, ਜਦੋਂ ਤੁਹਾਡਾ ਕੋਈ ਕੰਮ ਹੈਗਾ, ਉਸ ਟਾਈਮ ਦਾ ਬੜਾ ਬੜਾ ਖੁਸ਼ੀ ਦਾ ਦਿਨ ਹੈ ਕਿ ਐਸੀ ਚਪੇੜ ਸਰਕਾਰ ਦੇ ਮੂੰਹ 'ਤੇ ਪਈ ਹੈ ਜਿਹੜੀ ਹਾਈ ਕੋਰਟ ਦੇ, ਖਾਸ ਕਰ ਮੈਂ ਜੱਜਸ ਨੂੰ ਜਿਹੜਾ ਮਾਣਯੋਗ ਹਾਈ ਕੋਰਟ ਦਾ, ਕਿਉਂਕਿ ਇੱਕ ਇਹੀ ਚੀਜ਼ ਹੈਗੀ ਜਿੱਥੇ ਸਭ ਨੂੰ ਆਸ ਹੁੰਦੀ ਆ। ਔਰ ਸਾਡੇ ਸਰਪੰਚਾਂ ਦਾ ਜਿਵੇਂ ਕਹਿੰਦੇ ਹੁੰਦੇ ਨੇ ਨਵਾਂ ਜਨਮ ਹੋਣ ਵਾਲਾ, ਜਿਨ੍ਹਾਂ ਨੇ ਵੱਧ ਤੋਂ ਵੱਧ ਜਿਨ੍ਹਾਂ ਨੇ ਮਿਹਨਤ ਕਰੀ ਸੀ, ਕੰਮ ਕਰੇ ਸੀ, ਹਜੇ ਉਹਨਾਂ ਦੇ ਬਿੱਲ ਰਹਿੰਦੇ ਸੀਗੇ। ਔਰ ਮੈਂ ਸਭ ਤੋਂ ਵੱਡੀ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਗੱਲ ਕਹੂੰਗਾ ਕਿ ਸਾਡਾ ਜਿਹੜੀ ਅਫਸਰ ਲੋਬੀ ਹੈ, ਜਿਹੜੀ ਅਫਸਰ ਲੋਬੀ ਦੇ ਜਿਹੜੇ ਦੋ ਅਫਸਰ ਨੇ ਕਿਉਂ ਸਸਪੈਂਡ ਕੀਤੇ ਨੇ? ਮੰਤਰੀ ਤੋਂ ਅਸਤੀਫਾ ਲਓ, ਜਿਹੜੇ ਮੰਤਰੀ ਨੇ ਕਿਸੇ ਨੇ ਤਾਂ ਕੋਈ ਉਹਨਾਂ ਨੂੰ ਅਫਸਰਾਂ ਨੂੰ ਵੀ ਕਿਹਾ ਗਿਆ ਹੋਊਗਾ ਵੀ ਜਿਹੜੀਆਂ ਸਿਫਾਰਸ਼ਾਂ ਨਾਲ ਭੰਗ ਕੀਤੀਆਂ ਨੇ। ਸੋ ਅੱਜ ਬੜੀ ਖੁਸ਼ੀ ਦਾ ਦਿਨ ਹੈ, ਬੜਾ ਚਾਵਾਂ ਦਾ ਦਿਨ ਹੈ, ਖਾਸ ਕਰ ਸਾਡੇ ਪ੍ਰਧਾਨ ਸਾਹਿਬ ਦਾ ਔਰ ਸਰਪੰਚਾਂ ਲਈ, ਜਿਨ੍ਹਾਂ ਨੇ ਤਨਦੇਹੀ ਨਾਲ ਕੰਮ ਕੀਤਾ, ਹੁਣ ਵੀ ਜਿਹੜਾ ਉਹ ਅੱਗੇ ਵੀ ਲੱਗਣ ਨਾਲ ਜਿਹੜੇ ਕੰਮ ਕਰਨਗੇ, ਅਤੇ ਆਉਣ ਵਾਲਾ ਸਮਾਂ ਵੀ ਮੈਂ ਉਹਨਾਂ ਨੂੰ ਹੁਣ ਤੋਂ ਹੀ ਬੈਸਟ ਵਿਸ਼ਿਸ ਕਰਦਾ। ਮੈਂ ਜਸਵਿੰਦਰ ਸਿੰਘ ਰਿੰਪੀ, ਸਰਪੰਚ ਪਿੰਡ ਲੇਲ ਕਲਾਂ, ਬਲਾਕ ਲਹਿਰਾ ਗਾਗਾ। ਸਰ, ਪੰਚਾਇਤਾਂ ਦੁਬਾਰਾ ਬਹਾਲ ਹੋ ਗਈਆਂ ਅਤੇ ਕੀ ਕਹਿਣਾ ਚਾਹੁੰਦੇ? ਦੇਖੋ ਜੀ, ਤੁਸੀਂ ਦੇਖ ਹੀ ਰਹੇ ਹੋ, ਢੋਲ ਢਮੱਕੇ ਵੱਜ ਰਹੇ ਨੇ। ਅਸੀਂ ਤਾਂ ਦੇਖੋ ਇਲੈਕਸ਼ਨ ਲੜ ਕੇ ਇੱਕ ਵਾਰੀ ਸਰਪੰਚ ਬਣੇ ਸੀ, ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡਾ ਪ੍ਰਧਾਨ ਨੇ ਜਦੋਂ ਕੇਸ ਲਾਇਆ, ਪੰਚਾਇਤ ਯੂਨੀਅਨ ਨੇ ਹਾਈ ਕੋਰਟ ਕੇਸ ਲਾਇਆ, ਅਸੀਂ ਪੂਜਨੀਏ ਸਾਡੇ ਜੱਜ ਸਾਹਿਬਾਨ ਜਸਟਿਸ ਚੀਫ ਹਾਈ ਕੋਰਟ, ਉਹਨਾਂ ਦੀ ਕਿਰਪਾ ਸਦਕਾ ਅਤੇ ਸਾਰਿਆਂ ਦੀ ਮਿਹਨਤ ਸਦਕਾ ਅਸੀਂ ਦੂਸਰੀ ਵਾਰ ਅੱਜ ਸਰਪੰਚ ਬਣੇ ਹਾਂ। ਤੁਸੀਂ ਦੇਖ ਸਕਦੇ ਹੋ ਕਿੰਨੀ ਖੁਸ਼ੀ ਹੈ ਸਾਰੇ ਸਰਪੰਚਾਂ 'ਚ, ਕਿਹੋ ਜਿਹਾ ਮਾਹੌਲ ਹੈ। ਗੱਲ ਹੀ ਨਹੀਂ ਹੈਗੀ ਕਿ ਸਾਨੂੰ 2 ਮਹੀਨੇ 4 ਮਹੀਨੇ 5 ਮਹੀਨੇ ਵੀ ਦੁਬਾਰਾ ਸਰਪੰਚੀ ਮਿਲ ਗਈ, ਅਸੀਂ ਤਾਂ ਖੁਸ਼ ਹਾਂ। ਅਸੀਂ ਖੁਸ਼ ਤਾਂ ਆਂਗੇ ਜੋ ਕਾਨੂੰਨ ਦਾ ਘਾਣ ਹੋਇਆ ਸੀ ਉਹ ਦੁਬਾਰਾ ਬਰਕਰਾਰ ਹੈ, ਕੋਰਟਾਂ 'ਤੇ ਸਾਰਿਆਂ ਨੂੰ ਯਕੀਨ ਬਣਿਆ ਰਿਹਾ, ਉਸੇ ਕੋਰਟਾਂ ਨੇ ਸਾਨੂੰ ਦੁਬਾਰਾ ਬਹਾਲ ਕੀਤਾ ਹੈ। ਤਾਂ ਕਿ ਤੁਸੀਂ ਦੇਖ ਸਕਦੇ ਹੋ ਇਸ ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡਾ ਕਾਨੂੰਨ ਹੈ, ਮੈਂ ਜਾਂ ਤੁਸੀਂ ਕੋਈ ਵੱਡਾ ਨਹੀਂ ਹੈਗਾ। ਕਿੰਨੇ ਕੰਮ ਅਧੂਰੇ ਲੱਗਦੇ ਸੀ? ਸਾਡੇ ਬੜੇ ਕੰਮ ਅਧੂਰੇ ਸੀ ਜੀ, ਸਾਡਾ ਤਕਰੀਬਨ ਹਰੇਕ ਪੰਚਾਇਤ ਦਾ ਐਂ ਲਾ ਲਓ 5-5, 7-7, 10-10, 20-20 ਲੱਖ ਰੁਪਈਆ ਕੰਮਾਂ ਦੇ ਵਿੱਚ ਫਸਿਆ ਹੋਇਆ ਸੀ। ਸਾਨੂੰ ਕਹੀਂਗੇ ਵੀ ਕੰਮ ਕਰੋ ਕੰਮ ਕਰੋ, ਅਸੀਂ ਕੰਮ ਕਰੀਂਗੇ। ਪੇਮੈਂਟਾਂ ਸਾਡੀਆਂ ਫਸ ਚੁੱਕੀਆਂ ਸੀ, ਅਸੀਂ ਬੜੀ ਦੁਵਿਧਾ ਦੇ ਵਿੱਚ ਸੀਗੇ, ਸਾਰਿਆਂ ਨੂੰ ਬੜੀ ਪ੍ਰੋਬਲਮ ਸੀ। ਅੱਜ ਪੰਚਾਇਤਾਂ ਬਹਾਲ ਹੋ ਗਈਆਂ ਨੇ, ਦੁਬਾਰਾ ਫਿਰ ਉਸੇ ਰਫ਼ਤਾਰ 'ਤੇ ਸਾਡੀ ਪੰਚਾਇਤਾਂ ਕੰਮ ਕਰਨਗੀਆਂ, ਕਿਸੇ ਨੂੰ ਕੋਈ ਖਿਆਈ ਨਹੀਂ ਆਉਣ ਦੇਵਾਂਗੇ। ਸਾਡੇ ਕੋਲੋਂ ਰੋਜ਼ ਹੀ ਜਿਹੜਾ ਇਹ ਸਾਡਾ ਹੁਣ 1-20 ਦਿਨ ਖਰਾਬ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਲੋਕ ਬੜੇ ਪਰੇਸ਼ਾਨ ਹੋ ਕੇ ਜਾਂਦੇ ਸੀ, ਭਰਤੀਆਂ ਆ ਰਹੀਆਂ ਨੇ, ਆਧਾਰ ਕਾਰਡ ਬਣਨੇ ਹੈ, ਬੜਾ ਔਖਾ ਕੰਮ ਹੋ ਗਿਆ ਸੀ। ਹੁਣ ਕਮ ਸੇ ਕਮ ਇਹ ਤਾਂ ਹੋ ਜੂਗਾ, ਜੇ ਜਿੱਦੇ ਇਲੈਕਸ਼ਨ ਹੋਊਗੀ ਅਸੀਂ ਸਾਈਨ ਸੂਨ ਤਾਂ ਕਰਦੇ ਰਹਾਂਗੇ, ਉਦੋਂ ਬਾਅਦ ਜਿਹੜਾ ਵੀ ਸਰਪੰਚ ਬਣੇਗਾ ਅਗਲਾ ਉਦੋਂ ਬਾਅਦ ਆਪਦਾ ਕਾਰਜਕਾਲ ਸਾਂਭੇਗਾ। 3 ਮਹੀਨਿਆਂ ਦੇ ਸਰਪੰਚਾਂ ਨੂੰ ਧੱਕਾ ਹੋਇਆ ਸੀ? ਨਹੀਂ, ਬਿਲਕੁਲ ਉਹ ਧੱਕਾ ਹੈ ਜੀ, ਧੱਕਾ ਇਸ ਕਰਕੇ ਹੈ ਜਿਹੜੇ ਇੱਕ ਨਾ ਰਿਸੀਵਰ ਵਾਲੇ ਕੈਮਰੇ ਹੁੰਦੇ ਹੈ, ਵਾਇਰ ਵਾਲੇ ਕੈਮਰੇ ਹੁੰਦੇ ਹੈ, ਉਹ ਤਾਂ ਅਸੀਂ ਪੱਟ ਕੇ ਕਿਤੇ ਵੀ ਲਿਜਾ ਸਕਦੇ ਹਾਂ। ਮੇਰੇ ਪਿੰਡ ਵੀ ਲੱਗੇ ਹੋਏ ਆ CCTV, IP ਕੈਮਰੇ ਕਹਿੰਦੇ ਆ ਉਹਨਾਂ ਨੂੰ, ਸੈਟੇਲਾਈਟ ਨਾਲ ਚੱਲਦੇ ਆ, ਛਾਤਰੀਆਂ ਲੱਗੀਆਂ ਹੁੰਦੀਆਂ, ਐਂਟੀਨੇ ਲੱਗੇ ਹੁੰਦੇ ਨੇ, ਬਕਾਇਦਾ ਉਹਨਾਂ ਦੀਆਂ ਰੇਂਜਾਂ ਮਿਲਾਈਆਂ ਜਾਂਦੀਆਂ। ਉਹ ਤਾਂ ਵੱਡਾ ਵੱਡਾ ਪ੍ਰੋਜੈਕਟ ਹੁੰਦਾ, ਉਹ ਸਾਡੇ ਘਰਾਂ 'ਚ ਲੱਗੇ ਹੋਏ ਨੇ, ਦਫ਼ਤਰਾਂ 'ਚ ਲੱਗੇ ਹੋਏ ਨੇ, ਘਰਾਂ 'ਚ ਨਹੀਂ ਅਸੀਂ ਕਹਿੰਦੇ ਦਫ਼ਤਰ 'ਚ ਲੱਗੇ ਹੋਏ ਨੇ, ਜਿਹਨੂੰ ਸਾਰੇ ਪਿੰਡ ਦਾ ਅਸੀਂ ਦੇਖ ਸਕਦੇ ਹੁੰਦੇ ਹਾਂ। ਬਥੇਰੀ ਵਾਰੀ ਪੁਲਿਸ ਆਉਂਦੀ ਹੈ, ਬਥੇਰੀ ਵਾਰੀ ਮੁੱਦੇ ਹੁੰਦੇ ਨੇ, ਚੋਰੀਆਂ ਹੁੰਦੀਆਂ ਨੇ ਜੋ ਅਸੀਂ ਕੈਮਰਿਆਂ ਦੇ ਜ਼ਰੀਏ ਫੜਦੇ ਹਾਂ, ਪਰ ਇਹਨਾਂ ਨੇ ਇੱਕ ਚੀਜ਼ ਕਰੀ ਵੀ ਇਹ ਸਾਂਝੇ ਤੌਰ 'ਤੇ ਪ੍ਰਬੰਧਕ ਨੂੰ ਦਿੱਤੇ ਜਾਣ, ਕਿਸੇ ਜਗ੍ਹਾ ਲਾ ਜਾਣ। ਪਹਿਲਾਂ ਤਾਂ ਉਹਨੂੰ ਪੱਟ ਕੇ ਲਿਜਾਣ 'ਚ 1.5-2 ਲੱਖ ਰੁਪਈਆ ਲੱਗਦਾ, ਫਿਰ ਜਦੋਂ ਕੋਈ ਨਵਾਂ ਸਰਪੰਚ ਬਣੂ
ਉਹਦੇ ਲਿਜਾਣ ਵਾਸਤੇ 1.5-2 ਲੱਖ ਲੱਗੂ। ਕਿਉਂ ਨਾ ਇੱਥੋਂ ਪੱਟ ਕੇ ਇਹ ਨਵੇਂ ਸਰਪੰਚ ਦੀ ਲੱਗ ਜਾਣ, ਕਮ ਸੇ ਕਮ ਸਰਕਾਰ ਦਾ ਪੈਸਾ ਤਾਂ ਬਚਦਾ ਹੈ ਨਾ ਲੋਕਾਂ ਦਾ। ਹਾਂ ਬਿਲਕੁਲ ਬਿਲਕੁਲ, ਸਰਕਾਰ ਨੂੰ ਅਸੀਂ ਇਹੀ ਬੇਨਤੀ ਕਰਾਂਗੇ, ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਸੀਐਮ ਸਾਹਿਬ, ਜਿਹੜਾ ਤੁਸੀਂ ਫੈਸਲਾ ਵਾਪਸ ਲਿਆ ਅਤੇ ਹੁਣ ਸਾਨੂੰ ਖੁਸ਼ੀ ਦੇ ਨਾਲ ਵਧੀਆ ਜੋਸ਼ ਦੇ ਨਾਲ ਕੰਮ ਕਰਨ ਦਿਓ, ਤਾਂ ਕਿ ਅਫਸਰਾਂ ਨੂੰ ਤੁਸੀਂ ਕਹੋ ਵੀ ਕਿਸੇ ਨੂੰ ਤੰਗ ਨਹੀਂ ਕਰਨਾ, ਜਿਹੜੇ ਵੀ ਕਿਸੇ ਦੇ ਕੋਈ ਪੈਸੇ ਨੇ ਜਾਂ ਕੋਈ ਕੰਮ 'ਚ ਅੜਿੱਕਾ ਨਾ ਲਾਵੇ, ਤਾਂ ਕਿ ਲੋਕਾਂ ਦੇ ਕੰਮ ਹੋ ਸਕੇ।